ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਵਿੱਚ ਸ਼ੇਰੇ ਕਸ਼ਮੀਰ ਇੰਟਰਨੈਸ਼ਨਲ ਕਾਨਫਰੰਸ ਵਿੱਚ ਜਿਹੜਾ ਹੈ ਕਾਨਫਰੰਸ ਸੈਂਟਰ ਦੇ ਵਿੱਚ ਯੋਗ ਸੈਸ਼ਨ ਦੇ ਭਾਗੀਦਾਰਾਂ ਦਾ ਸ਼ੁਰੂਆਤ ਕੀਤਾ ਸਵਾਗਤ ਕੀਤਾ ਹੈ। ਦੱਸਦੇ ਕਿ ਪੀਐਮ ਮੋਦੀ ਨੇ ਉਹਨਾਂ ਦੇ ਨਾਲ ਸੈਲਫੀ ਵੀ ਕਲਿੱਕ ਕੀਤੀ ਤੇ ਮੋਦੀ ਨੇ ਕਿਹਾ ਕਿ ਮੈਂ ਇੱਥੇ ਯੋਗ ਸੈਸ਼ਨ ਦੀ ਅਗਵਾਈ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਯੋਗਾ ਕੁਦਰਤੀ ਤੌਰ ਤੇ ਜੀਵਨ ਦਾ ਹਿੱਸਾ ਬਣ ਜਾਂਦਾ ਹੈ ਤਾਂ ਇਸ ਦਾ ਹਰ ਪਲ ਲਾਭ ਹੀ ਹੁੰਦਾ ਹੈ। बारिश के कारण थोड़ा विलंब हुआ, हमें इसे दो तीन हिस्सों में बांटना पड़ा। उसके बावजूद भी विश्व समुदाय को सेल्फ के लिए और सोसाइटी के लिए योगा का क्या महत्व है, योग जिंदगी की सहज प्रवृत्ति कैसे बने, जैसे टूथब्रश करना हमेशा का क्रम बन जाता है, बाल संवारना हमेशा का क्रम बन जाता है, उतनी ही सहजता से योग जीवन से जब जुड़ता है एक सहज क्रिया बन जाता है तो वो प्रति पल उसका बेनिफिट देता रहता है।